ਇਸ ਵੇਲੇ ਦੀ ਵੱਡੀ ਅਪਡੇਟ ਇਸ ਸਾਹਮਣੇ ਆ ਰਹੀ ਹੈ ਕਿ ਸਕੰਦਰ ਸਿੰਘ ਮਲੂਕਾ ਹੁਣ ਭਾਜਪਾ ਜੁਆਇਨ ਕਰ ਸਕਦੇ ਨੇ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਦਾ ਸਿਆਸੀ ਵਿਗਲ ਵੱਚੁਕਿਆ ਇਸ ਦੇ ਨਾਲ ਹੀ ਇੱਕ ਪਾਰਟੀ ਛੱਡ ਦੂਸਰੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦਾ ਵੱਡੇ ਲੀਡਰਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਚਰਚਾਵਾ ਸਕੰਦਰ ਮਲੂਕਾ ਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨੂੰ ਪੁੱਤ ਸ਼ਾਮਿਲ ਹੋਏ ਨੇ ਭਾਜਪਾ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਚਰਚਾਵਾ ਹੈ ਨੇ ਕਿ ਉਹ ਭਾਜਪਾ ਜੁਆਇਨ ਕਰ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਅਕਾਲੀ ਸ਼੍ਰੋਮਣੀ ਕਾਲੀ ਦਲ ਤੋਂ ਉਹਨਾਂ ਦੇ ਵੱਲੋਂ ਦੂਰੀ ਬਣਾਈ ਹੋਈ ਸੀ ਇਸ ਦੇ ਨਾਲ ਹੀ ਹੁਣੇ ਚਰਚਾਵਾਂ ਨੇ ਕਿ ਜਲਦੀ ਉਹ ਪਾਜਪਾ ਜੁਆਇਨ ਕਰ ਸਕਦੇ ਨੇ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਪ੍ਰਚਾਰ ਦੇ ਵਿੱਚ ਜਦੋਂ ਮੈਨੀਫੈਸਟੋ ਕਮੇਟੀ ਦੇ ਵੱਲੋਂ ਕਮੇਟੀਆਂ ਕੀਤੀ ਜਾਂਦੀ ਹੈ ਉਸ ਵੇਲੇ ਵੀ ਉਹਨਾਂ ਨੇ ਦੂਰੀ ਬਣਾਈ ਹੋਈ ਹੈ ਇਸ ਕਾਰਨ ਜੁੜੀਆਂ ਕਾਫੀ ਜ਼ਿਆਦਾ ਚਰਚਾ ਵਿੱਚ ਛੇੜ ਗਈਆਂ ਨੇਤਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਕੰਦਰ ਮਲੂਕਾ ਦੀ ਮਰਜੜੀ ਮੌਜੂਦਾ ਚੋਣ ਪ੍ਰਚਾਰ ਮੁਹਿੰਮ ਵਿੱਚ ਹੁਣ ਤੱਕ ਦੀ ਗੈਰ ਮੌਜੂਦਗੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਚਣੌਤੀ ਬਣ ਸਕਦੀ ਹੈ ਉਹਨਾਂ ਨੂੰ ਵਿਧਾਨ ਸਭਾ ਹਲਕਾ ਮੋਰ ਤੋਂ ਪਾਰਟੀ ਹਲਕਾ ਇੰਚਾਰਜ ਦੇ ਅਹੁਦੇ ਤੋਂ ਪਾਸੇ ਕੀਤੇ ਜਾਣ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਮਲੂਕਾ ਨੇ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਰੋਕ ਦਿੱਤਾ ਹੈ ਹਾਲਾਂਕਿ ਉਹਨਾਂ ਦੇ ਜੱਦੀ ਪਿੰਡ ਮਲੂਕਾ ਵਿਧਾਨ ਸਭਾ ਹਲਕਾ ਰਾਮਪੁਰਾ ਫਰੀਦਕੋਟ ਹਲਕਾ ਲੋਕ ਸਭਾ ਹਲਕੇ ਦੇ ਵਿੱਚ ਪੈਂਦਾ ਹੈ ਪਰ ਬੀਤੇ ਦਿਨ ਇਸ ਹਲਕੇ ਦੇ ਵਿੱਚ ਆਇਸ਼ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਜਵਿੰਦਰ ਸਿੰਘ ਧਰਮਕੋਟ ਦੇ ਪ੍ਰਚਾਰ ਸਮਾਗਮ ਦੇ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਲੜਕਦੀ ਰਹੀਏ ਇੱਥੋਂ ਤੱਕ ਕਿ ਸਕੰਦਰ ਸਿੰਘ ਮਲੂਕਾ ਮੁਖ ਦਫਤਰ ਚੰਡੀਗੜ੍ਹ ਵਿਕੇ ਚੋਰ ਮੈਨੀਫੈਸਟੋ ਕਮੇਟੀ ਦੇ ਵਿੱਚ ਸ਼ਾਮਿਲ ਨਹੀਂ ਹੋਏ ਹਾਲਾਂਕਿ ਉਹ ਇਸ ਕਮੇਟੀ ਦੇ ਮੈਂਬਰ ਹਨ 1997 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੇ ਸਿਆਸੀ ਜਿਹੜੇ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਸਕੰਦਰ ਮਲੂਕਾ ਪਹਿਲੀ ਵਾਰ ਰਾਜ ਮੰਤਰੀ ਅਤੇ ਫਿਰ ਕੈਬਨਿਟ ਮੰਤਰੀ ਬਣੇ ਸਕੰਦਰ ਸਿੰਘ ਮਲੂਕਾ 2002 ਦੇ ਵਿੱਚ ਅਤੇ 2007 ਦੇ ਵਿੱਚ ਚੋਣ ਹਾਰ ਗਏ ਸਨ ਪਰ 2007 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਕ ਸਰਕਾਰ ਬਣੀ ਸੀ ਤਾਂ ਪਾਰਟੀ ਨੇ ਸਕੰਦਰ ਸਿੰਘ ਮਲੂਕਾ ਨੂੰ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਬਣਾਇਆ ਸੀ ਤੇ ਉਹਨਾਂ ਦੀ ਅਗਵਾਈ ਹੇਠ 10 ਸਾਲ ਵਿਸ਼ਵ ਕਬੱਡੀ ਕੱਪ ਕਰਵਾਇਆ ਗਿਆ ਜਿਸ ਸਦਕਾ ਸਕੰਦਰ ਸਿੰਘ ਮਲੂਕਾ ਦੀ ਬਠਿੰਡਾ ਮਾਨਸਾ ਤੇ ਆਸਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਚੰਗੀ ਪਕੜ ਇਸ ਤੋਂ ਇਲਾਵਾ ਸਕندر ਸਿੰਘ ਮਲੂਕਾ ਲੰਬਾ ਸਮਾਜ ਨੂੰ ਨੀ ਅਕਾਲੀ ਦਲ ਦੇ ਪ੍ਰਦਾਨ ਵਿਰਹਨ ਸ਼੍ਰੋਮਣੀ ਅਕਾਲੀ ਦਲ ਦੇ ਕੈਬਨਟ ਮੰਤਰੀ ਤੋਂ ਇਲਾਵਾ ਕਈ ਐਮ ਆਓ ਦੇ ਉੱਤੇ ਉਹਨਾਂ ਦੇ ਵੱਲੋਂ ਕਈ ਆਪਣੀਆਂ ਸੇਵਾਵਾਂ ਮਨਭਾਈਆਂ ਜਾ ਚੁੱਕੇ ਇਸ ਤੋਂ ਇਸ ਕਾਰਨ ਉਹਨਾਂ ਦਾ ਜਨਤਕ ਆਧਾਰ ਵੀ ਕਾਫੀ ਚੰਗਾ ਦੂਸਰੇ ਹੀ ਪਾਸੇ ਇੱਕ ਸਮਾਗਮ ਦੇ ਵਿੱਚ ਬੋਲਦਿਆ ਹਲਕਾ ਰਾਮਪੁਰਾ ਫੂਲ ਦੇ ਅਕਾਲੀ ਹਰ ਇਨਚਾਰਜ ਹਰਿੰਦਰ ਸਿੰਘ ਨੇ ਕਿਹਾ ਕਿ ਸਕੰਦਰ ਸਿੰਘ ਮਲੂਕਾ ਕਿਸੇ ਕਾਰਨਜੀ ਕੰਮ ਦੇ ਕਾਰਨ ਬਾਹਰ ਗਏ ਹਨ ਉਹ ਅਗਲੀਆਂ ਮੀਟਿੰਗਾਂ ਦੇ ਵਿੱਚ ਜ਼ਰੂਰ ਹਾਜ਼ਰ ਹੋਣਗੇ ਸਕੰਦਰ ਸਿੰਘ ਮਲੂਕਾ ਦੇ ਕਰੀਬੀ ਸੂਤਰਾਂ ਦਾ ਦਾਵਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਸ਼ਪਾ ਦੇ ਵਿੱਚ ਉਹ ਸ਼ਾਮਿਲ ਹੋ ਸਕਦੇ ਨਹੀਂ ਕਿਉਂਕਿ ਉਹਨਾਂ ਦੀ ਨੂੰ ਅਤੇ ਪੁੱਤ ਪਹਿਲਾਂ ਹੀ ਪਾਸ਼ਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਉਹਨਾਂ ਦੀ ਨੂੰ ਪਰੰਪਾਲ ਕੌਰ ਬਠਿੰਡਾ ਤੋਂ ਸਿਮਰਤ ਬਾਦਲ ਦੇ ਖਿਲਾਫ ਪਾਜਪਾ ਦੀ ਟਿਕਟ ਦੇ ਉਤੇ ਚੋਣ ਲੜਨਗੇ ਇਸ ਤੋਂ ਇਲਾਵਾ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਹਨਾਂ ਦੀ ਨੂ ਦੇ ਪਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਅਕਾਲੀ ਦਲ ਨੇ ਸਕੰਦਰ ਸਿੰਘ ਮਲੂਕਾ ਦੀ ਥਾਂ ਜਨ ਮੀਜ਼ਾ ਸਿੰਘ ਸੇਖੋ ਨੂੰ ਮੋਰ ਪਾਰਟੀ ਦਾ ਇੰਚਾਰਜ ਲਗਾਇਆ ਜਿਸ ਤੋਂ ਮਲੂਕਾ ਚੋਣ ਪ੍ਰਚਾਰ ਤੋਂ ਗੈਰਹਾਜ਼ਰ ਹੰਤਾ ਕਾਫੀ ਜ਼ਿਆਦਾ ਚਰਚਾ ਮਰੀ ਤੇ ਨਾਲ ਹੀ ਬਠਿੰਡਾ ਹੌਟ ਸੀਟ ਕਾਫੀ ਮੰਨੀ ਜਾ ਰਹੀ ਹੈ ਕਿਉਂਕਿ ਬਠਿੰਡਾ ਬਾਦਲਾ ਦੀ ਗੜ ਰਹੀ ਹੈ ਹਮੇਸ਼ਾ ਹੀ ਬਠਿੰਡਾ ਦੇ ਵਿੱਚ ਬਾਦਲਾ ਦੇ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਤਿੰਨ ਦਿਹਾਕੇ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਰਿਹਾ ਤੇ ਹਮੇਸ਼ਾ ਹਰਸਿਮਰਤ ਕੌਰ ਬਾਦਲ ਚੋਣਾ ਜਿੱਤਦੇ ਵੀ ਰਹੇ ਨੇ ਤੇ ਇਸ ਦੇ ਨਾਲ ਹੀ ਹੁਣ ਇਸ ਵਾਰ ਵੱਡਾ ਜਿਹੜਾ ਹੈ ਕਾ ਸਿਆਸੀ ਹੀਰਫੇਰ ਦੇਖਣ ਨੂੰ ਮਿਲਦਾ ਹੈ ਜਦੋਂ ਮਲੂਕਾ ਪਰਿਵਾਰ ਜੋ ਲੰਬੇ ਸਮੇਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਹੈ ਤੇ ਉਹਨਾਂ ਦੇ ਖੁਦ ਨੂੰ ਤੇ ਪੁੱਤਰ ਸਕੰਦਰ ਸਿੰਘ ਮਲੂਕਾ ਦੀ ਗੱਲ ਕਰੀਏ ਤਾਂ ਪਾਚਪਾ ਦੇ ਵਿੱਚ ਚੱਲੇ ਜਾਂਦੇ ਨੇ ਤੇ ਉਹਨਾਂ ਨੂੰ ਟਿਕਟ ਵੀ ਦੇ ਦਿੰਦੇ ਨੇ ਪਰਮਪਾਲ ਕੌਰ ਜੋ ਆਇਸ ਅਫਸਰ ਸੰਤ ਤੇ ਉਹਨਾਂ ਨੇ ਆਪਣੀ ਜਿਹੜੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਉਸ ਤੋਂ ਬਾਅਦ ਸ਼੍ਰਮਨੀ ਜਿਹੜਾ ਚਰਚਾਵਾ ਸੀ ਕਿ ਉਹ ਪਾਸਪੋਰਟ ਜੁਆਇਨ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਨਰਾਜ਼ ਵੀ ਪਾਰਟੀ ਨਜ਼ਰ ਆਈ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਰਟੀ ਜਿਹੜੀ ਹੈ ਜਿਹੜੀ ਹੈ ਅ ਕਿਹਾ ਗਿਆ ਕਿ ਅਸੀਂ ਪਾਰਟੀ ਦੇ ਨਾਲ ਕਦੀ ਵੀ ਨਹੀਂ ਜੁੜੇ ਸਨ ਇਸ ਕਰਕੇ ਅਸੀਂ ਵਾਸ਼ਪਾ ਜੁਆਇਨ ਕੀਤੀ ਹੈ ਤੇ ਪਾਸ਼ਵਾ ਦੇ ਵੱਲੋਂ ਬਾਅਦ ਵਿੱਚ ਉਹਨਾਂ ਨੂੰ ਟਿਕਟ ਵੀ ਮਿਲ ਜਾਂਦੀ ਹੈ ਤੇ ਇਸ ਤੋਂ ਬਾਅਦ ਕਾਫੀ ਜ਼ਿਆਦਾ ਚਰਚਾ ਮੈਂ ਹੁਣ ਨਜ਼ਰ ਆ ਰਹੀ ਹੈ ਕਿ ਕਸਕਰ ਸਿੰਘ ਮਲੂਕਾ ਜੜੇ ਨੇ ਉਹ ਪਾਸ਼ਪਾ ਜੁਆਇਨ ਕਰ ਸਕਦੇ ਨੇ ਉਹਨਾਂ ਦੇ ਸੂਤਰਾ ਦੇ ਵੱਲੋਂ ਇਹ ਅਪਡੇਟ ਦਿੱਤੀ ਗਈ ਹੈ ਉਹਦਾ ਕਹਿਣਾ ਹੈ ਕਿ ਜਲਦ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਾਸ਼ਪਾ ਜੁਆਇਨ ਕਰ ਸਕਦੇ ਨੇ ਲੰਬੇ ਸਮੇਂ ਤੋਂ ਸ਼੍ਰੋਮਣਿਆ ਕਾਲੀ ਦਲ ਦੇ ਵਿੱਚ ਰਿਹਾ ਇਸ ਕਦਰ ਸਿੰਘ ਮਲੂਕਾ ਤੇ ਇਸ ਨਾਲ ਹੀ 2002 ਅਤੇ 2007 ਦੇ ਵਿੱਚ ਪਾਵੇ ਕਿ ਉਹ ਚੋਣਾ ਹਾਰ ਗਏ ਇਸਨ ਪ੍ਰਸ਼ੋਮਨੀ ਕਾਲੀ ਦਲ ਨੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਬੱਡੀ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਬਣਾਇਆ ਸੀ ਉਹਨਾਂ ਦੀ ਅਗਵਾਈ ਦੇ ਵਿੱਚ 10 ਸਾਲ ਕਬੱਡੀ ਦੇ ਵਿਸ਼ਵ ਕੱਪ ਹੁੰਦੇ ਰਹੇ ਨੇ ਤੇ ਇਸ ਕਾਰਨ ਉਹਨਾਂ ਦੀ ਬਠਿੰਡਾ ਮਾਲ ਸਤਿ ਆਸਪਾਸ ਦੇ ਇਲਾਕਿਆਂ ਦੇ ਵਿੱਚ ਚੰਗੀ ਪਕੜ ਹੈ ਹੁਣ ਲਗਾਤਾਰ ਜਿਸ ਤਰੀਕੇ ਦੇ ਨਾਲ ਚਰਚਾਾਂ ਮੈਂ ਜਿਹੜੇ ਪਾਜਵਾ ਜੋਇਨ ਕਰ ਸਕਦੇ ਨੇ ਇਸ ਨਾਲ ਹੀ ਕਾਫੀ ਜ਼ਿਆਦਾ ਬਠਿੰਡਾ ਦੀ ਸੀਟ ਦੇ ਉੱਤੇ ਫਰਕ ਪੈ ਸਕਦਾ ਹੈ ਇਸ ਤੋਂ ਇਲਾਵਾ ਚਰਚਾ ਮਾ ਹੋਰ ਵੀ ਨੇ ਕਿ ਬਠਿੰਡਾ ਤੋਂ ਜਿਹੜੀ ਕਾਫੀ ਜ਼ਿਆਦਾ ਹੌਟ ਸੀਟ ਮੰਨੀ ਜਾ ਰਹੀ ਹੈ ਉੱਥੇ ਹੀ ਬਰੂਹੂ ਪੰਜਾਬੀ ਗਾਇਕ ਸਿੱਧੂ ਮਸੂਏ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਆਜ਼ਾਦ ਉਮੀਦਵਾਰ ਦੇ ਤਰ੍ਹਾਂ ਚੋਣ ਲੜ ਸਕਦੇ ਨੇ ਉਹਨਾਂ ਦੇ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਚਰਚਾਾਂ ਮ ਨੇ ਬਠਿੰਡਾ ਤੋਂ ਸਾਰੀਆਂ ਪਾਰਟੀਆਂ ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਜੇਕਰ ਬਲਕੌਰ ਸਿੰਘ ਚੋਣ ਲੜਦੇ ਹਨ ਤਾਂ ਹਲਕੇ ਦੇ ਸਿਆਸੀ ਸਮੀਕਰਨ ਬਦਲ ਸਕਦੇ ਨੇ ਸੂਤਰਾਂ ਦੇ ਅਨੁਸਾਰ ਸਿੱਧੂ ਦੇ ਪਿਤਾ ਦੇ ਵੱਲੋਂ ਆਪਣੀਆਂ ਨਾਮਜ਼ਦਗੀ ਦੀ ਫਾਈਲ ਤਿਆਰ ਕਰਵਾਈ ਜਾ ਰਹੀ ਹੈ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਚੋਣ ਲੜਨ ਦੀ ਨਸ਼ਟਾ ਮਾ ਤੇਜ਼ ਹੋ ਗਏ ਨੇ ਬਲਕੋਰ ਸਿੰਘ ਨੇ ਕਦੇ ਵੀ ਸਿਆਸਤ ਜਾਂ ਚੋਣ ਲੜਨ ਤੋਂ ਇਨਕਾਰ ਨਹੀਂ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਮੈਂ ਚੋਣਾ ਜ਼ਰੂਰ ਲੜਾਂਗਾ ਉਹਨਾਂ ਦੇ ਵੱਲੋਂ ਲਗਾਤਾਰ ਆਪਣੇ ਪੁੱਤ ਦੇ ਇਨਸਾਫ ਦੇ ਲਈ ਮੰਗ ਕੀਤੀ ਜਾ ਰਹੀ ਹੈ ਦੱਸਿਆ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਦਲ ਨੂੰ ਚੋੜ ਮੈਦਾਨ ਦੇ ਵਿੱਚ ਉਤਾਰਿਆ ਕਾਂਗਰਸ ਦੇ ਵੱਲੋਂ ਜਿਹੜਾ ਜੀਤ ਮੋਹਿੰਦਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ ਸਤਤਿਰ ਆਮ ਆਦਮੀ ਪਾਰਟੀ ਨੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਚੋੜ ਮੈਦਾਨ ਦੇ ਵਿੱਚ ਉਤਾਰਿਆ ਹੈ ਪਾਸ਼ਪਾ ਦੇ ਵੱਲੋਂ ਇੱਥੇ ਸ਼੍ਰੋਮੀ ਕਾਲੀਦਲ ਦੇ ਸਾਬਕਾ ਮੰਤਰੀ ਨੇ ਮਲੂਕਾ ਦੀ ਜਿਹੜੀ ਨੂੰ ਹੈ ਪਰਮਪਾਲ ਕੋ ਉਹਨਾਂ ਨੂੰ ਉਤਾਰਿਆ ਹੁਣ ਜਿਸ ਤਰੀਕੇ ਦੇ ਨਾਲ ਸਕੰਦਰ ਸਿੰਘ ਮਲੂਕਾ ਦੇ ਪਾਰਟੀਆਂ ਦੇ ਵਿੱਚ ਜਾਣ ਦੇ ਚਰਚੇ ਨੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਹੈ ਸਰ ਗਰਮੀਆਂ ਸਿਆਸੀ ਵਾਚੂਕਿਆ ਨੇ ਤੇ ਇਸ ਦੇ ਨਾਲ ਹੀ ਪਠਿੰਡਾ ਕਾਫੀ ਹੌਟ ਸੀਟ ਬਣੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਵੱਡੇ ਵੱਡੇ ਲੀਡਰ ਜਿਵੇਂ ਕਿ ਪਠਿੰਡਾ ਹਮੇਸ਼ਾ ਬਾਦਲਾ ਦਾ ਘੜ ਰਹੀ ਹੈ ਹਰਸਿਮਰਤ ਕੌਰ ਬਾਦਲ ਨੂੰ ਚੋੜ ਮੈਦਾਨ ਦੇ ਵਿੱਚ ਉਤਾਰਿਆ ਹੈ ਮ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਆਪ ਦੇ ਵੱਲੋਂ ਉਤਾਰਿਆ ਗਿਆ ਹੈ ਉੱਥੇ ਹੀ ਭਾਜਪਾ ਨੇ ਸ਼੍ਰੋਮਣੀ ਕਾਲੀ ਦਲ ਦੀ ਜਿਹੜੇ ਸਾਬਕਾ ਕੈਬਨਿਟ ਮੰਤਰੀ ਰਹੇ ਨੇ ਮਲੂਕਾਦੀਨ ਨੂੰ ਪਰਮਪਾਲ ਕੌਰ ਨੂੰ ਉਤਾਰਿਆ ਬਲਕੌਰ ਸਿੰਘ ਸਿੱਧੂ ਜਿਹੜੇ ਕੀ ਆਪਣਾ ਹੀ ਕਾਫੀ ਜ਼ਿਆਦਾ ਪ੍ਰਭਾਵ ਪੰਜਾਬ ਦੀ ਜਨਤਾ ਦੇ ਵਿੱਚ ਰੱਖਦੇ ਨੇ ਹੁਣ ਉਹਨਾਂ ਦੇ ਵੱਲੋਂ ਵੀ ਆਜ਼ਾਦ ਉਮੀਦਵਾਰ ਲੜਨ ਦੇ ਚਰਚਾਾਂ ਮਾ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਰ ਸਰਗਰਮੀਆਂ ਇੱਥੇ ਦੇਖਣ ਨੂੰ ਮਿਲਦੀਆਂ ਨੇ ਇਹ ਸਾਰੀ ਅਪਡੇਟ ਜਿਹੜੀ ਤੁਹਾਨੂੰ ਅਸੀਂ ਦਿੱਤੀ ਹੈ ਇਹ ਟ੍ਰਿਬਿਊਨ ਦੇ ਰਿਪੋਰਟਰ ਸ਼ਗਨ ਕਟਾਰੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ